ਪੰਜਾਬ ਸਰਕਾਰ ਨੇ ਕੱਲ ਇੱਕ ਫੈਸਲਾ ਲਿਆ। ਇਹ ਫੈਸਲਾ ਸੀ ਕਿ ਸਰਕਾਰ ਦੇ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ ਉੱਤੇ 90 ਪੈਸੇ ਪ੍ਰਤੀ ਲੀਟਰ ਸੈਸ ਦੀ ਬੜੋਤਰੀ ਕੀਤੀ ਜਾਵੇਗੀ। ਯਾਨੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਵੇਗਾ। ਇਸ ਦਾ ਅਸਰ ਸਿੱਧੇ ਸਿੱਧੇ ਆਮ ਲੋਕਾਂ ਦੇ ਉੱਤੇ ਪੈਣ ਵਾਲਾ ਹੈ, ਜਿਸ ਦੇ ਚਲਦੇ ਆਮ ਲੋਕਾਂ ਦੇ ਵੱਲੋਂ ਚਿੰਤਾਵਾਂ ਵੀ ਜਤਾਈਆਂ ਜਾ ਰਹੀਆਂ ਨੇ। ਉੱਥੇ ਕੁਝ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਹੈ। ਦੱਸਣਾ ਬਣਦਾ ਹੈ ਕਿ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਬਠਿੰਡਾ ਨੇ ਇਸ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਇੰਝ ਰੇਟ ਵਧਾਏ ਜਾ ਰਹੇ ਨੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਨਮਸਕਾਰ, ਮੈਂ ਤੁਹਾਡਾ ਵਿਨੋਦ ਕੁਮਾਰ ਬਾਂਸਲ, ਪ੍ਰਧਾਨ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਡਿਸਟ੍ਰਿਕਟ ਬਠਿੰਡਾ। ਜਿਹੜਾ ਅੱਜ ਪੰਜਾਬ ਸਰਕਾਰ, ਭਗਵੰਤ ਮਾਨ ਦੀ ਸਰਕਾਰ ਨੇ ਕੈਬਨਿਟ 'ਚ ਫੈਸਲਾ ਕੀਤਾ ਹੈ ਵੀ ਪੈਟਰੋਲ ਅਤੇ ਡੀਜ਼ਲ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਹੈ 90 ਪੈਸੇ ਪ੍ਰਤੀ ਲੀਟਰ, ਦੋਨਾਂ ਚੀਜ਼ਾਂ ਦੇ 90-90 ਪੈਸੇ ਪ੍ਰਤੀ ਲੀਟਰ ਦਾ ਜਿਹੜਾ ਸੈੱਸ ਆ ਉਹ ਲਾਇਆ ਹੈ। ਅਤੇ ਇਹ ਜਿਹੜਾ ਸੈੱਸ ਲੱਗੂਗਾ ਤਾਂ ਇਹਦੇ ਨਾਲ ਰੇਟ ਵੱਧ ਜਾਣਗੇ ਅਤੇ ਬਹੁਤ ਹੀ ਨਿੰਦਣੀ ਹੈ। ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਨਿੰਦਾ ਕਰਦੇ ਹਾਂ। ਅਸੀਂ ਗੁਜ਼ਾਰਿਸ਼ ਕਰਦੇ ਹਾਂ ਵੀ ਸਰਕਾਰ ਅੱਗੇ ਵੀ ਪਹਿਲਾਂ ਹੀ ਜਿਹੜੇ ਪੈਟਰੋਲ ਪੰਪਾਂ ਦੀਆਂ ਜਿਹੜਾ ਸੇਲ ਹੈ ਉਹ ਬਹੁਤ ਘੱਟ ਨੇ। ਪੰਜਾਬ ਇੱਕ ਬਾਰਡਰ ਸਟੇਟ ਹੈ, ਇੱਧਰ ਹਰਿਆਣਾ ਨਾਲ ਲੱਗਦਾ, ਹਿਮਾਚਲ ਨਾਲ ਲੱਗਦਾ, ਮੋਹਾਲੀ, ਚੰਡੀਗੜ੍ਹ, ਪਹਿਲਾਂ ਹੀ ਉਹਨਾਂ ਦੇ ਰੇਟ ਆਪਣੇ ਨਾਲ ਘੱਟ ਹੈ, ਉਹਨਾਂ ਦੇ ਟੈਕਸਿਸ ਪਹਿਲਾਂ ਹੀ ਘੱਟ ਹੈ। ਜੇ 90 ਪੈਸੇ ਹੋਰ ਵੱਧ ਗਿਆ ਤਾਂ ਇਹ ਪਾੜਾ ਹੋਰ ਵੱਧ ਜਾਣਾ ਅਤੇ ਸੇਲਾਂ ਹੋਰ ਘੱਟ ਜਾਣੀਆਂ ਹੈਗੀਆਂ। ਇੱਥੇ ਕਿੱਥੇ ਡੀਲਰ ਦਾ ਨੁਕਸਾਨ, ਤਾਂ ਸਾਡਾ ਤਾਂ ਨੁਕਸਾਨ ਹੋਣਾ ਹੀ ਹੋਣਾ, ਸਾਡਾ ਨੁਕਸਾਨ ਪਹਿਲਾਂ ਹੋ ਰਿਹਾ ਹੋਣਾ ਹੀ ਹੋਣਾ। ਇਹਦੇ ਨਾਲ ਮੇਰੇ ਹਿਸਾਬ ਨਾਲ ਸਰਕਾਰਾਂ ਨੂੰ ਵੀ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ, ਕਿਉਂਕਿ ਲੋਕ ਉੱਧਰੋਂ ਸਮਗਲਿੰਗ ਕਰਨ ਲੱਗ ਜਾਂਦੇ ਆ ਜਾਂ ਤੇਲ ਉੱਧਰੋਂ ਪਵਾਉਣ ਲੱਗ ਜਾਂਦੇ ਆ। ਇਸ ਕਰਕੇ ਉੱਧਰਲੇ ਏਰੀਏ ਦੀਆਂ ਸੇਲਾਂ ਵੱਧ ਜਾਂਦੀਆਂ ਤਾਂ ਮਾਲੀਆ ਸਰਕਾਰਾਂ ਨੂੰ ਜ਼ਿਆਦਾ ਘੱਟਾ ਹੁੰਦਾ, ਪਰ ਸਾਡਾ ਕਿਉਂ ਜਿਹੜੀਆਂ ਸੇਲਾਂ ਘੱਟ ਰਹੀਆਂ ਉਹਦੇ ਨਾਲ ਸਰਕਾਰ ਦਾ ਮਾਲੀਆ ਵੀ ਘਟੂਗਾ, ਇਹਦੇ ਨਾਲ ਟੈਕਸਿਸ ਨਾਲ ਕੋਈ ਵਾਧਾ ਨਹੀਂ ਹੋਣਾ। ਇਸ ਕਰਕੇ ਪੰਜਾਬ ਸਰਕਾਰ ਅੱਗੇ ਅਸੀਂ ਗੁਜ਼ਾਰਿਸ਼ ਕਰਦੇ ਹਾਂ, ਸਾਡੀ ਐਸੋਸੀਏਸ਼ਨ ਕੰਨਿਓ ਵੀ ਜਿਹੜਾ ਇਹ ਟੈਕਸ ਜਿਹੜਾ ਵਾਧਾ ਕੀਤਾ ਦੇ ਵਿਚਾਰ ਦੁਬਾਰਾ ਵਿਚਾਰ ਕਰਨ ਅਤੇ ਇਹਨੂੰ ਲਾਗੂ ਨਾ ਕੀਤਾ ਜਾਵੇ ਜਾਂ ਇਹਨੂੰ ਵਾਪਸ ਲਿਆ ਜਾਵੇ। ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਇਹ ਜਿਹੜਾ ਟੈਕਸ ਲਾ ਦਿੱਤਾ ਹੈ, ਜੇ ਇੱਕ ਪਾਸੇ ਤਾਂ ਸਹੂਲਤ ਦੇ ਰਹੀ ਹੈ, ਦੂਜੇ ਪਾਸੇ ਹਰ ਵਰਗ ਦੇ ਉੱਤੇ, ਗਰੀਬ ਵਰਗ, ਮੋਟਰਸਾਈਕਲ ਦੇ ਵਿੱਚ, ਸਕੂਟਰ ਦੇ ਵਿੱਚ, ਮੱਧੇ ਵਰਗ, ਘਰ ਭਾਲ ਦਾ, ਇਹਦੇ ਉੱਤੇ ਹਰ ਖਾਣ ਪੀਣ ਦੀ ਚੀਜ਼ ਜਿਹੜਾ ਤੇਲ ਦੇ ਨਾਲ ਵੱਧ ਜਾਂਦੀ ਹੈ ਅਤੇ ਮਹਿੰਗਾਈ ਦੀ ਹੋਰ ਮਾਰ ਜਿਹੜੀ ਹੈ ਪੰਜਾਬ ਦੇ ਲੋਕਾਂ 'ਤੇ ਪਵੇਗੀ ਅਤੇ ਪੰਜਾਬ ਦੇ ਵਿੱਚ ਹੋਰ ਮਹਿੰਗਾਈ ਹੋਏਗੀ। ਜੇ ਸਬਸਿਡੀਆਂ ਦੇਣ ਦੀ ਗੱਲ ਕਰਦੇ ਆ ਤਾਂ ਦੂਜੇ ਪਾਸੇ ਜੇ ਇਸ ਤਰ੍ਹਾਂ ਪੈਸੇ ਇਕੱਠੇ ਕਰ ਰਹੇ ਤਾਂ ਉਹ ਸਬਸਿਡੀਆਂ ਦਾ ਕੋਈ ਫਾਇਦਾ ਨਹੀਂ ਹੋਣਾ ਲੋਕਾਂ ਨੂੰ। ਉਹ ਇਸ ਤੋਂ ਇਲਾਵਾ ਜੇ ਸਰਕਾਰ ਨੂੰ ਚਾਹੀਦਾ ਵੀ ਜੇ ਲੋਕਾਂ ਨੂੰ ਸਹੂਲਤ ਦੇਣੀ ਹੈ ਤਾਂ ਆਪਦੀ ਜਿਹੜੀ ਕਮਾਈ ਆ ਹੋਰ ਵਸੀਲਿਆਂ ਤੋਂ ਜਿਹੜੀ ਚੋਰੀ ਹੋ ਰਹੀ ਹੈ ਉਹਨਾਂ ਨੂੰ ਰੋਕਿਆ ਜਾਵੇ, ਚੋਰੀ ਤੋਂ ਰੋਕ ਕੇ ਆਪਦੀ ਕਮਾਈ ਵਧਾਈ ਜਾਵੇ, ਅਤੇ ਦੂਜੇ ਪਾਸੇ ਜਿਹੜਾ ਹੈਗਾ ਜਿਹੜਾ ਮਾਲੀ ਆ ਉਹ ਹੋਰ ਤਰੀਕੇ ਜਿਹੜੇ ਖਰਚੇ ਘਟਾ ਕੇ ਇਕੱਠਾ ਕੀਤਾ ਜਾ ਸਕਦਾ, ਹਥਿਆਰਬਾਜ਼ੀ ਜਾਂ ਹੋਰ ਇਸ ਤਰ੍ਹਾਂ ਦੇ ਖਰਚੇ ਆ ਜਾਂ ਕੋਈ ਹੋਰ ਸਰਕਾਰ ਵਾਧੂ ਖਰਚੇ ਆ ਉਹਨਾਂ 'ਤੇ ਕੰਟਰੋਲ ਕਰਕੇ ਸਰਕਾਰ ਨੂੰ ਇਹਦਾ ਖਰਚੇ ਨੂੰ, ਇਹਦਾ ਲੋਡ ਜਿਹੜਾ ਘਾਟਾ ਉਹ ਪੂਰਾ ਕਰਨਾ ਚਾਹੀਦਾ। ਪੈਟਰੋਲ ਡੀਜ਼ਲ 'ਤੇ ਅਗਰ ਸੈੱਸ ਲਾਇਆ ਜਾਂਦਾ ਤਾਂ ਇੱਕ ਪਾਸਿਓਂ ਛੋਟ ਦੇ ਕੇ ਦੂਜੇ ਪਾਸੋਂ ਦੂਜੇ 'ਚੋਂ ਪੈਸੇ ਕੱਢਣ ਵਾਲੀ ਗੱਲ ਹੋਊਗੀ, ਇਹ ਕੋਈ ਲੋਕਾਂ ਵਾਸਤੇ ਵਧੀਆ ਫੈਸਲਾ ਨਹੀਂ ਹੈ। ਅਸੀਂ ਇਹਦੀ ਪੁਰਜ਼ੋਰ ਨਿੰਦਾ ਕਰਦੇ ਹਾਂ ਅਤੇ ਗੁਜ਼ਾਰਿਸ਼ ਕਰਦੇ ਹਾਂ ਵੀ ਦੁਬਾਰਾ ਇਸ ਆਪਦੇ ਫੈਸਲੇ ਨੂੰ ਵਿਚਾਰਨ ਅਤੇ ਇਸ ਫੈਸਲੇ ਨੂੰ ਵਾਪਸ ਲੈ ਕੇ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਕਰਨ ਅਤੇ ਪੈਟਰੋਲ ਪੰਪਾਂ ਦੇ ਜਿਹੜੇ ਨੁਕਸਾਨ ਹੈ ਉਹ ਤੋਂ ਉਹਨਾਂ ਨੂੰ ਬਚਾਉਣ।